ਸਤਿ ਸ਼੍ਰੀ ਅਕਾਲ ਜੀ ਸਰ ਵੀਰਾਂ ਨੂੰ ਸੰਦੀਪ ਡੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਜ਼ਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਫਤਿਹਗੜ੍ਹ ਸ਼ੁਕਰ ਚੱਕ ਜੀ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਅਤੇ ਤਹਿਸੀਲ ਵੀ ਅੰਮ੍ਰਿਤਸਰ। ਅੱਜ ਜਿਹੜੇ ਘਰ ਵੀਡੀਓ ਬਣਾਉਣ ਲੱਗੇ ਜੀ ਆਪਾਂ, ਕਿਉਂਕਿ ਬਾਈ ਦਾ ਬਾਹਰਲਾ ਬਣ ਗਿਆ ਸਿਸਟਮ ਜੀ, ਕਿਉਂ ਪਸ਼ੂਆਂ ਨਾਲ ਕਿਉਂਕਿ ਸਾਰਾ ਇੱਥੇ ਜਿਹੜਾ ਪਸ਼ੂ ਰਹਿਣ ਸਹਿਣ ਦਾ ਉਹ ਵੀ ਵਿਖਾਊਗਾ, ਨਾਲ ਧੂੜ ਵੀ ਵਿਖਾਊਗਾ, ਠੀਕ ਹੈ ਜੀ, ਕਿ ਨਾਲ ਜ਼ਮੀਨ ਵੀ ਦੇਣਗੇ। ਅਤੇ ਬਾਕੀ ਆਪਾਂ ਬਾਈ ਜੀ ਨੂੰ ਗੱਲਬਾਤ ਕਰਦੇ ਹਾਂ ਅਤੇ ਸਾਰੀ ਡਿਟੇਲ ਸੇਵ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਬਹੁਤ ਬਹੁਤ ਸਵਾਗਤ ਜੀ। ਚਲੋ ਬਾਹਰ ਜਾ ਰਹੇ ਫਿਰ ਜੀ? ਹਾਂਜੀ ਵੀਰ ਜੀ, ਠੀਕ ਹੈ। ਅਤੇ ਇਹ ਸਾਰਾ ਟੋਟਲ ਸਾਰਾ ਵੀਰ? ਹਾਂਜੀ ਵੀਰ ਜੀ, ਇਹ ਹਵੇਲੀ ਤਾਂ ਬੜੇ ਪਿਆਰ ਨਾਲ ਬਣਾਈ, ਹਾਂਜੀ, ਪਸ਼ੂ ਵੀ ਬੜੇ ਪਿਆਰ ਨਾਲ ਰੱਖੇ ਸੀ ਆਪਾਂ, ਹਾਂਜੀ, ਅਤੇ ਹੁਣ ਆਪਣਾ ਬਾਹਰ ਦਾ ਕੰਮ ਬਣ ਗਿਆ। ਘਰੇ ਫਿਰ ਕੋਈ ਵੀ ਨਹੀਂ, ਸਾਰੀ ਫੈਮਿਲੀ ਜਾ ਰਹੀ? ਘਰੇ ਫਿਰ ਬਜ਼ੁਰਗ ਮਾਂ ਬਾਪ ਸਾਰੇ ਨਾਲ ਹੀ ਜਾ ਰਹੇ ਹਾਂ। ਅੱਛਾ, ਕਿਹੜੀ ਜਗ੍ਹਾ ਜਾ ਰਹੇ? ਆਪਾਂ ਜੀ ਅਮੈਰੀਕਾ 'ਚ ਬਣਾ। ਅੱਛਾ, ਅਮੈਰੀਕਾ, ਠੀਕ ਹੈ ਠੀਕ ਹੈ। ਅਤੇ ਇਹ ਕਰਕੇ ਪਸ਼ੂ ਤਾਂ ਘਰ ਵਾਸਤੇ ਰੱਖੇ ਵਿੱਚ ਨਾਲੇ ਨਹੀਂ, ਹਾਂਜੀ ਠੀਕ ਹੈ, ਅਤੇ ਹੁਣ ਆਪਾਂ ਨਾਲ ਪਸ਼ੂ ਵੀ ਦੇਣ ਡੇ, ਹਾਂਜੀ, ਅਤੇ ਆਹ ਜਿਹੜਾ ਸ਼ੈੱਡ ਬਣਿਆ ਇਹ ਵੀ, ਹਾਂਜੀ, ਕੱਚਾ ਸ਼ੈੱਡ ਬਣਿਆ ਜੀ, ਠੀਕ ਆ, ਇਹ ਵੀ ਨਾਲ ਜੀ। ਚਲੋ ਇਹ ਪਸ਼ੂ ਹੁਣ ਕਿੰਨੇ ਆਪਣੇ ਕੋਲ? ਪਸ਼ੂ ਆਪਣੇ ਕੋਲ 4 ਜੀ, 4 ਆ ਜਿਹੜੀ ਝੋਟੀ ਆ, ਹਾਂਜੀ, ਇਹ ਤਾਂ 10 ਦਿਨ ਲੈਂਦੀ ਆ ਸੂਣ ਚ। ਅੱਛਾ ਠੀਕ ਆ, 10 ਦਿਨ ਲੈ ਜੇ, 5 ਦਿਨ ਲੈ ਜੇ, ਹਾਂਜੀ, ਪਹਿਲਾਂ ਨੇ ਪਹਿਲਾਂ ਝੋਟੀਆਂ ਸਾਰੀਆਂ ਉਧਰ ਦੀਆਂ ਆਪਾਂ ਰੱਖੀਆਂ, ਠੀਕ ਆ, ਰੇਟ ਤੇ ਆਪਾਂ ਕੰਮ ਕੀਤਾ, ਠੀਕ ਆ, ਤੇ ਆ ਝੋਟੀ ਜਿਹੜੀ ਝੋਟੀ ਜਿਹੜੀ ਆ 2 ਮਹੀਨੇ ਦੀ ਕੱਪਣਾ, ਅੱਛਾ ਜੀ 2 ਮਹੀਨੇ ਕੱਪਣਾ, ਤੇ ਆ ਜਿਹੜੀ ਆ 8 ਮਹੀਨੇ ਦੀ ਕੱਪਣਾ, ਅੱਛਾ ਜੀ 8 ਮਹੀਨੇ ਕੱਪਣਾ, ਹਾਂਜੀ ਠੀਕ ਆ, ਤੇ ਆ ਜਿਹੜੀ ਝੋਟੀ ਇਹ ਵੀ ਅਜੇ ਖੀਰੀ ਆ, ਹਾਂਜੀ, ਇਹ ਮਤਲਬ ਤਿਆਰ ਹੋਣੀ ਆ ਕਿ ਬਣੀ ਨਹੀਂ ਹੈ ਜੀ? ਬਣੀ ਨਹੀਂ ਜੀ, ਬਣ ਤਿਆਰ ਹੀ ਆ ਜੀ, ਠੀਕ ਆ। ਤੇ ਬਾਜੀ ਇੱਕ ਗੱਲ ਹੋਰ ਦੱਸੋ, ਇਹ ਟੋਟਲ ਥਾਂ ਕਿੰਨਾ ਹੈ? ਟੋਟਲ ਇਹ ਜੀ 10 ਮਰਲੇ ਥਾਂ ਇਹ ਆਪਣੇ ਕੋਲ, ਤੇ 1.5 ਕਨਾਲ ਥਾਂ ਬਾਹਰ ਆ, ਉਹ ਆਪਾਂ ਨਾਲ ਪੱਠਿਆਂ ਵਾਲਾ, ਹਾਂ ਪੱਠਿਆਂ ਵਾਲਾ, ਤੇ ਪੱਠਿਆਂ ਵਾਸਤੇ ਆਪਾਂ 1.5-2 ਕਿੱਲੇ ਆਪਣੇ ਵੱਖਰੇ, ਉਹ ਕੋਈ ਭਾਵੇਂ ਠੇਕੇ ਤੇ ਲੈ ਲਏ ਆਪਣੇ। ਅੱਛਾ, ਇਹ 1.5 ਕਨਾਲ ਥਾਂ ਆਪਾਂ ਨਾਲ ਵੇਚਣਾ ਵਾ, ਕੋਈ ਬੰਦਾ ਉੱਥੇ ਆਪਣੀ ਰੂੜੀ ਲਾਵੇ, ਆਪਣਾ ਪਾਣੀ ਦਾ ਵਿਕਾਸ ਕਰੇ, ਜਾਂ ਕੋਈ ਗਾਂ ਡੇਰੀ ਵਧਾਉਣੀ ਹੋਵੇ ਤੇ ਵਧਾ ਸਕਦਾ, ਠੀਕ ਆ। ਤੇ ਆਜੋ ਬਾਹਰ ਹੀ ਆਜੋ ਤੁਸੀਂ, ਹਾਂਜੀ, ਤੇ ਇਹ ਰਾਹ ਫਿਰ ਸਿੱਧਾ ਆਪਾਂ ਨੂੰ ਹੀ ਆਉਂਦਾ ਰਾਹ ਵੀਰ ਜੀ, ਇਕੱਲਾ ਇਸੇ ਹਵੇਲੀ ਨੂੰ 11 ਫੁੱਟ ਦਾ ਰਾਹ ਦਵਾਂਗੇ ਨਾਲ, ਹਾਂਜੀ, ਰਾਸਤਾ ਆਉਂਦਾ ਜੀ ਨਾਲ, ਠੀਕ ਆ, ਤੇ ਨਾਲ ਇਹਦੇ ਆ ਵੇਖੋ ਜੀ ਲੱਗਦੀ 1.5 ਕਨਾਲ ਥਾਂ। ਅੱਛਾ, ਇਹ 1.5 ਕਨਾਲ ਥਾਂ? 1.5 ਕਨਾਲ ਥਾਂ ਆ, ਇਹਦੇ ਵਿੱਚ ਹੀ ਪਾਣੀ ਦਾ ਵਿਕਾਸ, ਇਹਦੇ ਵਿੱਚ ਰੂੜੀ ਆ, ਠੀਕ ਆ, ਸਾਰਾ ਕੁਝ ਨਾਲ ਦਵਾਂਗੇ, ਤੇ ਆਉਂਦੇ ਨੂੰ ਆਹ 1.5 ਕਿੱਲਾ ਪੱਠਿਆਂ ਦਾ, ਹਾਂਜੀ, ਕੋਈ ਪਾਈ ਠੇਕੇ ਤੇ 2 ਸਾਲ ਲਈ 4 ਸਾਲ ਲਈ ਲੈਣੀ ਹੋਵੇ ਨਾਲ ਦਵਾਂਗੇ ਆਪਾਂ, ਦੇ ਸਕਦੇ ਹਾਂ, ਤੇ ਸਵੇਰੇ ਆ ਕੇ ਭਾਵੇਂ ਆਪਣਾ ਵੀਰ ਕੋਈ ਪੱਠੇ ਪਾਵੇ, ਤੂੜੀ ਵਿੱਚ ਦਵਾਂਗੇ ਨਾਲ, ਪਾਣੀ ਸਮਸੀਬਲ ਬੋਰ ਛੋਟਾ ਲੱਗਾ ਹੋਇਆ ਜੀ, ਇਹਨਾਂ ਦਿਖਾ ਦਿੰਦੇ ਹਾਂ। ਤੇ ਬਾਜੀ ਇਹ ਟੋਟਲ ਥਾਂ ਕਿੰਨਾ ਹੋ ਗਿਆ ਸਰ? 1.5 ਕਨਾਲ ਥਾਂ ਇਹ ਜੀ, ਹਾਂਜੀ, ਤੇ 10 ਮਰਲੇ ਅੰਦਰ ਆਏ, 2 ਕਨਾਲ ਥਾਂ ਬਣਦਾ ਜੀ, 2 ਕਨਾਲ ਬਣ ਗਿਆ, ਹਨਾ, ਠੀਕ ਆ। ਚਲੋ ਇੱਥੋਂ ਦੀ ਕੀਮਤ ਵੀ ਜਿਹੜੀ ਤੁਹਾਨੂੰ ਦੱਸ ਦਿੰਦੇ ਹਾਂ ਵੀ ਕਨਾਲ ਦੀ ਕੀਮਤ ਜਿਹੜੀ ਇਹ ਸ਼ਹਿਰ ਦਾ ਬਿਲਕੁਲ ਅਲੱਗ ਆ, ਇਧਰੋਂ ਵੇਰਕਾ ਆਪਾਂ ਨੂੰ ਨੇੜੇ ਪੈਂਦਾ, ਤੇ ਇਧਰੋਂ ਗੁਰੂ ਰਾਮਦਾਸ ਹਸਪੀਟਲ ਲਾਗੇ ਪੈਂਦਾ, ਬਾਈਪਾਸ ਦੋਵੇਂ ਨਿਕਲਦੇ ਜਿਹੜੇ ਆਪਣੇ ਬਿਲਕੁਲ 1 ਕਿਲੋਮੀਟਰ ਤੇ ਆ, ਠੀਕ ਆ। ਤੇ ਇੱਥੋਂ ਦਾ ਰੇਟ ਹੈਗਾ ਜੀ 15 ਲੱਖ ਰੁਪਇਆ ਕਨਾਲ ਦਾ ਰੇਟ, ਕਨਾਲ ਦਾ ਹੈ, ਹਾਂਜੀ 15 ਲੱਖ, ਤੇ 2 ਕਨਾਲਾਂ ਥਾਂ ਪਤਾ ਦੇਣਾ ਵਾ, ਠੀਕ ਆ, ਤੇ ਵਿੱਚ ਪਸ਼ੂ ਤੇ ਸ਼ੈੱਡ, ਬਾਕੀ ਦਿਖਾ ਦਿਓ ਵੀਰ ਜੀ, ਹਾਂ ਹਾਂ ਬਿਲਕੁਲ ਜੀ, ਲੋ ਜੀ ਵੇਖੋ ਲੋਕੇਸ਼ਨ, ਇਕੱਲਾ ਰਾਹ ਵਾ, ਕੋਈ ਕਿਸੇ ਲੈਣਾ ਦੇਣਾ ਨਹੀਂ, ਹਨਾ ਭਾਜੀ, ਸਿੱਧਾ ਡਾਇਰੈਕਟ ਫੁੱਟ ਰਾਹ ਹੈ, ਨਾਲ ਪਿੰਡ ਦੇ ਬਿਲਕੁਲ ਨੇੜੇ ਜੇ ਪਿੰਡ ਦਿਖਾ ਦੋ, ਹਾਂਜੀ ਹਾਂਜੀ, ਨਾਲ ਪਿੰਡ ਦੇ ਬਿਲਕੁਲ ਨੇੜੇ ਜੇ ਆਪਾਂ, ਠੀਕ ਆ, ਭਾਵੇਂ ਕੋਈ ਵੀਰ ਇੱਥੇ ਡੇਰੀ ਦੁੱਧ ਵੀ, ਹਾਂ ਜੋ ਮਰਜ਼ੀ ਕਰ ਲਵੇ, ਹਨਾ ਜੀ, ਤੇ ਤੇ ਆ ਮੋਟਰ ਵੀ ਵਿੱਚ ਜਾਊਗੀ ਜੀ, ਮੋਟਰ ਆ ਸਮਰਸੀਬਲ ਜਿਹੜੀ ਛੋਟੀ ਆ, ਹਾਂਜੀ, ਆਪਾਂ ਨਾਲ ਦਵਾਂਗੇ, ਨਾਲ ਤੇ ਬੱਚੇ ਦਵਾਂਗੇ, ਹਾਂਜੀ, ਸਾਡੀ ਵੱਡੀ ਹੈ ਜਲੰਧਰ ਤੱਕ ਆਪਣੇ ਕੋਲ 40,000 ਕਰਕੇ ਆਪਾਂ ਨਾਲ ਇੱਕ ਥੋੜੀ ਕੰਦ ਕਰਕੇ, ਹਾਂਜੀ, ਘਰੇ ਚਲਾ ਲਾਂਗੇ, ਠੀਕ ਆ ਠੀਕ ਆ ਜੀ, ਆ ਬਾਕੀ ਸਾਰਾ ਕੁਝ ਆਪਾਂ ਨਾਲ ਦਵਾਂਗੇ, ਜੋ ਵੀ ਵੀਡੀਓ ਇਹ ਕੰਦ ਕਿਵੇਂ ਕਰੋਗੇ? ਕੰਦ ਮਤਲਬ ਆਪਣੀ ਇੱਥੋਂ ਆ ਬੰਬੀ ਵਾਲੀ ਜਿਹੜਾ ਮੂਹ ਘੁਮਾ ਕੇ ਪਰਾਂ ਨੂੰ ਕੰਦ ਕਰ ਲਾਂਗੇ, ਅੱਛਾ, ਬੰਬੀ ਪਰਾਂ ਵਿੱਚ ਚੱਲ ਜੂਗੀ, ਤੇ ਫਿਰ ਬਾਕੀ ਸਾਰਾ ਥਾਂ ਪੈ ਜਾਊਗਾ, ਇਹ ਫਿਰ ਥਾਂ ਵਿੱਚ ਨਹੀਂ ਆਊਗਾ ਜਿਹੜਾ ਜਾਣਾ, ਇਹਦਾ ਗੇਟ ਆਪਾਂ ਪਰਲੇ ਬੰਨੇ ਕਰ ਲਾਂਗੇ, ਨਹੀਂ ਫਿਰ ਇਹ ਥਾਂ ਵਿੱਚ ਨਾ ਹੋਊਗਾ ਜੀ? ਨਹੀਂ ਜੀ, ਥਾਂ ਆਪਾਂ ਵੱਖਰਾ 10 ਮਰਲੇ ਮਿਣ ਕੇ ਦਵਾਂਗੇ। ਅੱਛਾ, ਉਹ ਮਿਣ ਕੇ ਦੋ, ਉਹ ਮਿਣ ਕੇ 10 ਮਰਲੇ ਵੱਖਰਾ ਦਵਾਂਗੇ, 10 ਮਰਲੇ ਤੋਂ ਉੱਤੇ ਹੀ ਹੋਊਗੇ, ਥਾਂ ਘੱਟ ਨਹੀਂ ਜੀ। ਅੱਛਾ ਠੀਕ ਹੈ ਠੀਕ ਹੈ, ਹਾਂਜੀ ਜਿਹੜਾ, ਚਲੋ ਠੀਕ, ਤੇ ਤੂੜੀ ਵਾਲੀ ਜੀ? ਤੂੜੀ ਸਾਹਿਬ ਵਿੱਚ ਹੀ ਦਵਾਂਗੇ ਜੀ, ਕਿੰਨੀ ਤੂੜੀ ਦਾ ਬਰਾਂਡਾ 30 ਫੁੱਟ ਉੱਚਾ ਬਣਾਇਆ ਵਾ, 25-30 ਫੁੱਟ, ਇਹ ਪੂਰਾ ਡੱਕਿਆ ਪਿਆ ਜੀ ਤੂੜੀ ਦਾ, ਠੀਕ ਆ, ਇਹ ਵੀ ਵਿੱਚ ਦਵਾਂਗੇ,
ਨਾਲ ਆ ਟੋਕਾ ਆ ਲਿਆਂਦਾ ਜੀ ਪਾਪਾ ਡੰਗਰ ਨਹੀਂ ਰੱਖਣੇ ਆ ਫਿਰ ਫਾਇਦਾ ਕੀ ਬਾਜੀ ਆ ਟੋਕਾ ਵੀ ਨਾਲ ਦਵਾਂਗੇ ਵੀਰ ਜੀ ਤੇ ਬਾਜੀ ਜੇ ਮਤਲਬ ਕਿ ਇਹ ਤੁਸੀਂ ਉਹਨੂੰ ਇਕੱਠਾ ਦੋਗੇ ਕੱਲੀ ਕੱਲੀ ਆਈਟਮ ਸਾਰਾ ਕੁਝ ਇਕੱਠਾ ਦੇਵਾਂਗੇ 24 ਘੰਟੇ ਦੀ ਮੋਟਰ ਲੱਗੀ ਜੇ ਨਾਲ ਆਪਣੇ ਹਾਂਜੀ ਹਾਂਜੀ ਆ 24 ਘੰਟੇ ਪਤੀ ਪਿੰਡ ਵਾਲੀ ਆਉਣ ਦੀ ਨਾਲ ਵਿਧ ਮੀਟਰ ਦਵਾਂਗੇ ਠੀਕ ਆ ਤੇ ਆ ਜਾਓ ਫਿਰ ਬਾਹਰ ਆ ਜਾਓ ਇਹ ਫਿਰ ਬਾਜੀ ਉਹਨੂੰ ਸਾਰਾ ਥਾਂ ਸਮੇਤ ਜਿੰਨਾ ਵੀ ਤੁਹਾਡੇ ਕੋਲ ਕੁਝ ਹੈਗਾ ਜਿਹੜਾ ਤੁਸੀਂ ਦੱਸਿਆ ਤੂੜੀ ਟੋਕਾ ਪਸ਼ੂਆਂ ਦਾ ਇਹ ਕਿੰਨੇ ਫਿਰ ਪੈਸੇ ਮੰਗਦੇ ਜੀ ਵੀਰ ਜੀ ਪੈਸੇ ਤਾਂ ਵੇਖੋ ਆਪਾਂ ਜਾਇਜ਼ ਹੀ ਆ ਜ਼ਮੀਨ ਦੇ ਹਿਸਾਬ ਨਾਲ ਰੇਟ ਤੁਹਾਨੂੰ ਪਤਾ ਜੋ ਜ਼ਮੀਨ ਦਾ ਬਾਕੀ ਆਪਣਾ ਪਲੱਸ ਕਰ ਲਓ ਤਾਂ ਆਪਾਂ ਦੱਸ ਦਿੱਤਾ ਹੋਇਆ ਹਾਂਜੀ 15 ਕੁ ਲੱਖ ਰੁਪਇਆ ਕਨਾਲ ਦਾ 15 ਲੱਖ ਆਇਆ ਜੀ ਹਾਂਜੀ ਤੇ ਬਾਕੀ ਆ ਸ਼ਤੌਰ ਦੇ ਲਾ ਲਓ ਡੰਗਰਾਂ ਦੇ ਲਾ ਲਓ ਆਪਾਂ ਰੇਟ ਤਾਂ ਰੱਖਿਆ 50 ਹਾਂਜੀ ਤੇ ਇਹ ਆ ਵੀ 42 ਕੁ ਲੱਖ ਰੁਪਏ ਤੱਕ ਆਪਾਂ ਛੱਡ ਦਾਂਗੇ 42 ਲੱਖ ਦਾ ਠੀਕ ਆ ਹੋ ਜੂਗਾ ਮੋਕਰੇ ਗੁੰਜਾਇਸ਼ ਕਰ ਮੰਗ ਜਾਸ਼ 2 ਲੱਖ ਰੁਪਇਆ ਹੋਰ ਛੱਡ ਦਾਂਗੇ ਜੇ 40 ਲੱਖ ਰੁਪਇਆ ਜੇ ਦੇ 40 ਲੱਖ ਦੇ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਹਾਂਜੀ ਤੇ ਹੋਰ ਥੋੜਾ ਬੜਾ ਜਿੰਨਾ ਵੀ ਮਾਨਤਾਨ ਹੋਊਗਾ ਆਪਾਂ ਕਰਾਂਗੇ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਮਤਲਬ ਕਿ ਮੰਨ ਕੇ ਜੇ ਪਸ਼ੂ ਕੱਲੇ ਮੰਗੇ ਨਹੀਂ ਦੇਣੇ ਨਹੀਂ ਕੱਲੇ ਨਹੀਂ ਜੀ ਭਾਜੀ ਸਾਰੇ ਦੇਣੇ ਸਾਰਾ ਕੁਝ ਦੇਣਾ ਆਪਾਂ ਰਹਿਣਾ ਨਹੀਂ ਇੱਥੇ ਤੇ ਆਪਾਂ ਕੀ ਕਰਨਾ ਬੇਲੀ ਕਾਦ ਲਈ ਛੱਡਣੀ ਹੈ ਠੀਕ ਹੈ ਠੀਕ ਹੈ ਠੀਕ ਇਹ ਸਾਰਾ ਕੁਝ ਨਾਲ ਹੀ ਦੇਣਾ ਕੋਈ ਸ਼ਹਿਰ ਦਾ ਬਿਲਕੁਲ ਲੱਗਾ ਆ ਹਾਂਜੀ ਤੇ ਬੜੀ ਵਧੀਆ ਲੋਕੇਸ਼ਨ ਕੋਈ ਵੀਰ ਆਪਣਾ ਡੇਰੀ ਬਦਲਣਾ ਚਾਹੁੰਦਾ ਹੋਵੇ ਉਹ ਵੀ ਇੱਥੇ ਆ ਕੇ ਭਾਵੇਂ ਆਹ ਕੋ 10 ਡੰਗਰਾਂ ਦੀ ਹਾਂਜੀ ਹਾਂ ਬਣੀ ਹੈ ਜੀ ਕੁਰਲੀ 5 ਡੰਗਰਾਂ ਦੀ ਇਹ ਤਾਂ 50 ਦੀ ਆਇਆ ਹਾਂ ਬਿਲਕੁਲ ਬਿਲਕੁਲ 10 ਡੰਗਰ ਸਵੇਰੇ ਬਣ ਕੇ ਭਾਵੇਂ ਕੋ ਪੱਠੇ ਪਾਵੇ ਵਿੱਚ ਆਪਾਂ ਪੱਠੇ ਸਾਰਾ ਕੁਝ ਮਟੀਰੀਅਲ ਵਿੱਚ ਦੇ ਰਹੇ ਆ ਸਾਰਾ ਕੁਝ ਮੇਰੇ ਹੈਗਾ ਜੀ ਹਾਂਜੀ ਚਲੋ ਤੇ ਪਸ਼ੂ ਵੀ ਸੂਣ ਵਾਲੇ ਆ ਬਿਲਕੁਲ ਲੋ ਜੀ ਦੇਖੋ ਜੀ ਆ ਬਾਈਆਂ ਕੋਲ ਸਿਸਟਮ ਸਾਰਾ ਠੀਕ ਹੈ ਜੀ ਬਾਕੀ ਮੇਰੇ ਵੀਰ ਆਓ ਇੱਥੇ ਆ ਕੇ ਹੋਰ ਕੁਝ ਗੱਲ ਹੁੰਦੀ ਹੈ ਨਾ ਜੀ ਬਹਿ ਕੇ ਗੱਲ ਹੋ ਜਾਂਦੀ ਕਿਉਂਕਿ ਵੱਡਾ ਸੌਦਾ ਵੱਡਾ ਠੀਕ ਹੈ ਜੀ ਇਹਦਾ ਹੁਣ ਤੁਹਾਨੂੰ ਪਤਾ ਬਹਿ ਕੇ ਗੱਲ ਹੋਊਗੀ ਫੋਨ ਆ ਕਰਾਂਗੇ ਆ ਕੇ ਵੇਖਣ ਮੇਰੇ ਵੀਰ ਤੇ ਬਹਿ ਕੇ ਗੱਲ ਕਰਾਂਗੇ ਠੀਕ ਹੈ ਵੀਰ ਜੀ ਚਲੋ ਜੀ ਨੰਬਰ ਬੋਲੋ ਫਿਰ ਆਪਣਾ ਨੰਬਰ ਹੈਗਾ ਜੀ 78376 40 8 ਤੇ 60 ਹਾਂਜੀ 78376 40 8 60 ਠੀਕ ਆ ਪਿੰਡ ਆਪਣਾ ਫਤਿਹਗੜ੍ਹ ਸ਼ੁਕਰ ਚੱਕ ਹਾਂਜੀ ਨਾਮ ਮੇਰਾ ਜੱਗਾ ਆ ਜੀ ਤੇ ਵੀਰ ਜੀ ਇਧਰੋਂ ਬਿਲਕੁਲ 2 ਕਿਲੋਮੀਟਰ ਤੇ ਵੇਰਕਾ ਪੈਂਦਾ ਠੀਕ ਆ ਤੇ 3 ਕਿਲੋਮੀਟਰ ਤੇ ਆਪਾਂ ਨੂੰ ਆ ਹੋਟੀਆਂ ਵਾਲਾ ਹਸਪੀਟਲ ਗੁਰੂ ਰਾਮਦਾਸ ਪੈਂਦਾ ਜੀ ਬਿਲਕੁਲ ਤੇ ਇਹਦੇ ਨਜ਼ਦੀਕ ਪਿੰਡ ਫਤਿਹਗੜ੍ਹ ਸ਼ੁਕਰ ਚੱਕ ਹੈ ਜੀ ਇੱਥੇ ਕਿਸੇ ਨੂੰ ਪੁੱਛ ਕੇ ਆਪਾਂ ਆ ਸਕਦੇ ਹਾਂ ਲੋਕੇਸ਼ਨ ਤੇ ਤੇ ਵੱਡੇ ਸਕੂਲ ਦੀ ਬੈਕ ਸਾਈਡ ਤੇ ਆਪਣੀ ਹਵੇਲੀ ਹੈ ਜੀ ਠੀਕ ਆ ਤੇ ਬਾਕੀ ਵੀਰ ਜੀ ਰੇਟ ਇੱਥੇ ਜ਼ਮੀਨ ਦਾ ਇਸ ਕਰਕੇ ਆ ਤੇ ਆਪਣਾ ਜਿਹੜਾ ਨਵਾਂ ਬਾਈਪਾਸ ਨਿਕਲ ਰਿਹਾ ਹਾਂਜੀ ਸ਼ਹਿਰ ਹੀ ਰਲ ਗਿਆ ਹਾਂ ਸ਼ਹਿਰ ਰਲ ਗਿਆ ਕਿਲੋਮੀਟਰ ਤੇ ਹੀ ਆ ਹਾਂਜੀ ਹਾਂਜੀ ਤੇ ਜਿਹੜਾ ਇਧਰੋਂ ਬਟਾਲਿਓ ਆਉਂਦਾ ਵੱਡਾ ਬਾਈਪਾਸ ਉਹ ਵੀ ਆਪਣਾ 1.5 ਕਿਲੋਮੀਟਰ ਤੇ ਹੈ ਬਿਲਕੁਲ ਇਹ ਕਰਕੇ ਸ਼ਹਿਰ ਦੀ ਲੋਕੇਸ਼ਨ ਹੀ ਆ ਤੇ ਵੀਰ ਜੀ ਆ ਕੇ ਵੇਖੋ ਬਹੁਤ ਵਧੀਆ ਆਪਣਾ ਮਤਲਬ ਜਗਾੜ ਆਪਾਂ ਬਣਾਇਆ ਸੀ ਹਾਂਜੀ ਤੇ ਚਲੋ ਮਹਾਰਾਜ ਨੇ ਬਾਕੀ ਕਿਰਪਾ ਕੀਤੀ ਜਿੱਥੇ ਕੋਈ ਗੱਲ ਨਹੀਂ ਉੱਥੇ ਜਗਾੜ ਫਿਰ ਤੁਹਾਨੂੰ ਚੱਲ ਜਾਣਾ ਫਿਰ ਹੀ ਕੋਈ ਨਹੀਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ